ਦੇਖੋ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਕਿ 300 ਤੇ 21 ਨੂੰ ਅਸੀਂ ਗੁਣਾ ਕਰਨੀ ਚਾਹੁੰਦੇ ਆ 456 ਦੇ ਨਾਲ ਜਾਂ 4561 ਨਾਲ ਕਰਨਾ ਚਾਹੁੰਦੇ ਆ ਤਾਂ ਬੱਚਾ ਸਮਝਦਾ ਹੈ ਕਿ ਇਹ ਗੁਣਾ ਇਹ ਕਿਵੇਂ ਹੋਗੀ ਜੀ 4561 ਨੂੰ ਇੱਥੇ ਰੱਖਿਆ 321 ਨੂੰ ਇੱਥੇ ਰੱਖਿਆ ਹੈਨਾ ਫਿਰ ਉਹ ਕਰਦਾ ਹੈ 1 6 5 4 ਫਿਰ ਗੁਣਾ ਕਰਦਾ ਹੈ 2 6 12 2 5 10 ਇਸ ਤਰ੍ਹਾਂ ਮਤਲਬ ਕਰਦੇ ਕਰਦੇ ਉਹ ਐ ਟੋਟਲ ਕਰਕੇ ਤੇ ਇਹਦਾ ਆਨਸਰ ਕੱਢ ਲੈਂਦਾ ਬਿਲਕੁਲ ਬਿਲਕੁਲ ਇਦਾਂ ਹੀ ਪਰ ਬੱਚਾ ਕਹਿੰਦਾ ਜੀ ਇਹ ਤਾਂ ਬੜਾ ਲੰਮਾ ਪ੍ਰੋਸੈਸ ਹੈ ਕੋਈ ਹੋਰ ਛੋਟਾ ਨਹੀਂ ਹੋ ਸਕਦਾ ਕਿਉਂਕਿ ਹਰ ਇੱਕ ਨੂੰ ਸ਼ਾਰਟਕੱਟਸ ਬੜੇ ਪਸੰਦ ਆ ਜਿਵੇਂ ਸਾਡਾ ਕੰਪਿਊਟਰ ਆਇਆ ਨਾ ਜਦ ਦਾ ਕਿ ਅਸੀਂ ਕਹਿੰਦੇ ਆ ਵੀ ਕੰਟਰੋਲ ਸੀ ਬਿਲਕੁਲ ਬਿਲਕੁਲ ਕੰਟਰੋਲ ਐਕਸ ਵੀ ਕੱਟ ਕਾਪੀ ਪੇਸਟ ਇਸ ਤਰ੍ਹਾਂ ਕਿਵੇਂ ਉਸ ਤਰ੍ਹਾਂ ਦੇ ਚਾਹੁੰਦਾ ਹੈ ਹਰ ਹਰ ਇੱਕ ਜਗ੍ਹਾ ਤੇ ਨਵੀਆਂ ਚੀਜ਼ਾਂ ਹੋਣ ਤਾਂ ਅਸੀਂ ਇਸ ਨੂੰ ਦਿਖਾਣਾ ਚਾਹੁੰਦੇ ਆ ਤੁਹਾਨੂੰ ਇਹ ਤਿੰਨ ਨੂੰ ਇਸ ਦੇ ਨਾਲ ਪਕੜਦੇ ਆ ਤਿੰਨ ਚੋਕੇ 12 ਤਿੰਨ ਨੂੰ ਇਸ ਦੇ ਨਾਲ ਗੁਣਾ ਕਰਦੇ ਆ ਤਿੰਨ 5 ਤਿੰਨ ਨੂੰ 6 ਦੇ ਨਾਲ ਕਰਦੇ ਆਂ ਤਾਂ 3 6 18 ਬਣ ਜਾਂਦਾ ਤਿੰਨ ਨੂੰ 1 ਦੇ ਨਾਲ ਜਦੋਂ ਅਸੀਂ ਕਰਦੇ ਆਂ ਤਾਂ 3 1 3 ਬਣ ਜਾਂਦਾ ਹੁਣ 2 ਨੂੰ 4 ਨਾਲ ਕਰਦੇ ਆਂ 2 4 8 2 ਨੂੰ 5 ਨਾਲ ਕਰਦੇ ਆਂ 2 5 10 2 ਨੂੰ ਫਿਰ ਅਸੀਂ 6 ਨਾਲ ਕਰਦੇ ਆਂ ਤਾਂ 12 ਬਣ ਜਾਂਦਾ 2 ਨੂੰ 1 ਨਾਲ ਕਰਦੇ ਆਂ ਤਾਂ 2 ਬਣ ਜਾਂਦਾ ਹੁਣ ਰਹਿ ਗਿਆ ਸਾਡੇ ਕੋਲ 1 1 ਨੂੰ 4 ਨਾਲ ਕੀਤਾ 4 1 ਨੂੰ 5 ਨਾਲ ਕੀਤਾ 5 1 ਨੂੰ 6 ਨਾਲ ਕੀਤਾ 6 1 ਨੂੰ 1 ਨਾਲ ਕੀਤਾ 1 ਹੁਣ ਇਸ ਤੋਂ ਬਾਅਦ ਸਾਡਾ ਸਟੈਪ ਆ ਜਾਂਦਾ ਕਿ ਇਸ ਨੂੰ ਅਸੀਂ ਡਾਇਗਨਲ ਕਰਦੇ ਆਂ ਇਸ ਨੂੰ ਕਹਿੰਦੇ ਆ ਡਾਇਗਨਲੀ ਮਲਟੀਪਲਾਈ ਕਰਨਾ ਠੀਕ ਹੈ ਹੁਣ ਸਾਡੇ ਕੋਲ ਆਨਸਰ ਤਿਆਰ ਹੈ ਪਰ ਬੱਚਿਆਂ ਨੂੰ ਜਦੋਂ ਅਸੀਂ ਸਿਖਾਵਾਂਗੇ ਨਾ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਆਨਸਰ ਕਿਵੇਂ ਆਇਆ ਤਾਂ ਆਨਸਰ ਲਿਖਣ ਦੇ ਲਈ ਵਿਦਿਆਰਥੀਆਂ ਨੂੰ ਇਹ ਗਾਈਡ ਕੀਤਾ ਜਾਂਦਾ ਦੱਸਿਆ ਜਾਂਦਾ ਕਿ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਇਹ ਦੇਖੋ ਇੱਥੇ ਕਿੰਨਾ ਆ ਗਿਆ ਸਾਡੇ ਕੋਲ 12 ਹੁਣ 15 ਤੇ 8 23 23 ਨੂੰ ਇੱਥੇ ਲਿਖਣਾ ਹੈ ਅਸੀਂ ਹੁਣ 10 4 14 ਤੇ 18 32 ਤਾਂ 32 ਨੂੰ ਅਸੀਂ ਇੱਥੇ ਲਿਖਾਂਗੇ 12 5 17 3 20 ਵੀ ਨੂੰ ਅਸੀਂ ਇੱਥੇ ਲਿਖਾਂਗੇ ਹੁਣ 6 ਤੇ 2 8 8 ਨੂੰ ਹਮੇਸ਼ਾ 08 1 ਤੋਂ ਲੈ ਕੇ 9 ਤੱਕ ਆ ਜਿਹੜੇ ਉਹਨਾਂ ਦੇ ਅੱਗੇ ਜ਼ੀਰੋ ਲਗਾਣੀ ਹੈ 1 1 ਦਾ ਮਤਲਬ 01 ਹੁਣ ਇਸ ਨੂੰ ਅਸੀਂ ਐਡ ਕਰ ਦਾਂਗੇ 1 8 0 4 6 4 1 ਲੋ ਜੀ ਇਹ ਏਡੀ ਵੱਡੀ ਗੁਣਾ ਜਿਹੜੀ ਇਹ ਤੁਹਾਡੇ ਕੋਲ ਜਵਾਬ ਆ ਚੁੱਕਿਆ 321 ਨੂੰ 456 ਨਾਲ ਅਸੀਂ ਗੁਣਾ ਕਰਤੀ ਹੈ ਤਾਂ ਮਤਲਬ ਇਸ ਦੇ ਵਿੱਚ ਕੀ ਹੈ ਕਿ ਨਵਿਕਲਾਪਣ ਕੀ ਹੈ ਗੁਣਾ ਤਾਂ ਉਸ ਤਰ੍ਹਾਂ ਵੀ ਹੋ ਸਕਦੀ ਸੀ ਪਰ ਇਸ ਦੇ ਵਿੱਚ ਬੱਚੇ ਨੂੰ ਇੱਕ ਕਿਉਰਿਓਸਟੀ ਜਾਗਦੀ ਹੈ ਵੀ ਮੈਂ ਇਹ ਨਵੇਂ ਮੈਥਡ ਨਾਲ ਸਿੱਖਿਆ ਔਰ ਮੋਰਓਵਰ ਸਰ ਮੈਂ ਇਸ ਨੂੰ ਕਿਸੇ ਵੀ ਉਸ ਢੰਗ ਨਾਲ ਕਰ ਸਕਦਾ ਕਰ ਸਕਦਾ ਬੇਟੇ ਤੂੰ ਕਰਨ ਦੀ ਕੋਸ਼ਿਸ਼ ਕਰ ਤਾਂ ਉਹ ਕਰਕੇ ਲਿਆਊਗਾ ਉਹਦੇ ਨਿਊਰونز ਐਕਟੀਵੇਟ ਹੁੰਦੇ ਆ ਵੀ ਉਸ ਨੂੰ ਥੌਟਫੁਲ ਪ੍ਰੋਸੈਸ ਹੈ ਜਿਹੜਾ ਉਹਦਾ ਵੱਧ ਹੈ ਤੋਂ ਇਸ ਦੇ ਵਿੱਚ ਮੈਂ ਤੁਹਾਨੂੰ ਇਹਨੂੰ ਚੈੱਕ ਕਰਾਣਾ ਚਾਹਾਂਗਾ ਜੀ ਆਪਣੇ ਕੈਲਕੂਲੇਟਰ ਦੇ ਉੱਤੇ ਅਸੀਂ ਚੈੱਕ ਕਰਕੇ ਦੇਖ ਵੀ ਲਈਏ ਜਰਾ ਕਿਉਂਕਿ ਹਰ ਇੱਕ ਚੀਜ਼ ਦੀ ਵੈਰੀਫਿਕੇਸ਼ਨ ਬੜੀ ਜ਼ਰੂਰੀ ਹੋਇਆ ਕਰਦੀ ਹੈ ਵੈਰੀਫਿਕੇਸ਼ਨ ਤੋਂ ਬਿਨਾ ਕੋਈ ਵੀ ਕੰਮ ਹੈ ਜਿਹੜਾ ਉਹ ਨਹੀਂ ਬੱਚੇ ਨੂੰ ਨਹੀਂ ਚੰਗਾ ਲੱਗਦਾ ਹੈ 321 456 ਤਾਂ ਹੁਣ ਤੁਸੀਂ ਦੇਖ ਸਕਦੇ ਹੋ 1464081 ਬਿਲਕੁਲ ਬਿਲਕੁਲ ਇਹ ਕੈਲਕੂਲੇਟਰ ਨੇ ਕੀਤਾ ਤੇ ਉਹ ਅਸੀਂ ਕੀਤਾ ਹਾਂਜੀ ਹਾਂਜੀ ਤਾਂ ਵਿਦਿਆਰਥੀ ਨੂੰ ਕਿੰਨੀ ਖੁਸ਼ੀ ਹੋਈ ਹੋਊਗੀ ਤਾਨੂੰ ਯਾਦ ਹੋਊਗਾ ਨਾ ਜਦੋਂ ਟੀਚਰ ਕਹਿੰਦਾ ਸਵਾਲ ਕੱਢੋ ਤੇ ਪਿੱਛੇ ਆਨਸਰ ਮਿਲਾਓ ਆਨਸਰ ਮਿਲਾਓ ਤੇ ਹਾਂਜੀ ਜਦੋਂ ਮਲਟੀਪਲਾਈ ਬੜੀ ਵੱਡੀ ਆ ਤਾਂ ਮੈਂ ਕਹਾਂਗੀ ਜਦੋਂ ਹੁਣ ਪੇਪਰ ਦੇ ਵਿੱਚ ਟਾਈਮ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਨਾ ਤਾਂ ਇਦਾਂ ਕਰ ਲੇਗਾ ਅਗਰ ਬੱਚਾ ਤਾਂ ਬਹੁਤ ਈਜ਼ੀ ਰਹੇਗਾ ਇਹ ਚੀਜ਼ ਇਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਤਾਂ ਬੱਚੇ ਨੂੰ ਇਸੇ ਲਈ ਸਿਖਾਣੀਆਂ ਸਾਡੇ ਲਈ ਬਹੁਤ ਜ਼ਰੂਰੀਆਂ ਕਿ ਬੱਚੇ ਦੇ ਦਿਮਾਗ ਦੇ ਵਿੱਚ ਇਹ ਆਵੇ ਕਿ ਇਹ ਕੋਈ ਫੋਬੀਆ ਨਹੀਂ ਹੈ ਇਹ ਕੋਈ ਡਰ ਨਹੀਂ ਹੈ ਮੈਂ ਕਰ ਸਕਦਾ ਸਰ ਕਰ ਸਕਦੇ ਆ ਤੇ ਮੈਂ ਵੀ ਕਰ ਸਕਦਾ ਜਦੋਂ ਕਰੇਗਾ ਤਾਂ ਉਸ ਨੂੰ ਇਸ ਗੱਲ ਦੇ ਵਿੱਚ ਮਤਲਬ ਵੀ ਪਤਾ ਲੱਗੇਗਾ ਕਿ